ਮੈਸੇਜ ਜਾਣਾ ਜੀ, ਕਰੋ ਕਰੋ, ਇਹ ਮੈਸੇਜ ਜਾਣਾ ਲੋਕਾਂ ਤੱਕ। ਭਾਈ ਮੜਾ ਬੈਠਿਓ ਸਰ, ਸਾਡੇ ਬਾਹਰ
ਤੇ ਜਵਾਕ ਤਰੱਕੀ ਨਾ ਜਾਵੇ ਬਸ ਆਈ ਤਰੱਕੀ ਮਰਵਾ ਦੇ ਗੱਲ ਕੱਲੇ ਬੰਨ ਲੈ ਆਈ ਤਰੱਕੀ ਮਰਵਾ ਦਿੰਦੀ ਆ ਉਹਦੇ ਮਨ ਦੇ ਚੁੱਪ ਸੁਣਿਆ ਸਰਕਾਰ ਨੂੰ ਸ਼ਾਂਤੀ ਮਿਲ ਜੂ ਹਾਲੇ ਕੁਛ ਮੈਂ ਜਿਹੜਾ ਲੇਟ ਕੀਤਾ ਹੁੰਦਾ ਗਿਆ ਕੁਛ ਅਫਸਰਾਂ ਨੇ ਅਧੂਰੀ ਜਾਣਕਾਰੀ ਦਿੱਤਾ ਕਿਸੇ ਨੇ ਸਾਡਾ ਗੈਂਗਸਟਰਾਂ ਨਾਲ ਸ਼ੇਅਰ ਕਰਤਾ ਤੋ ਮੈਂ ਤੁਹਾਨੂੰ ਗੈਂਗਸਟਰ ਦੀ ਨਾ ਮੈਂ ਆਪਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਫੌਜ ਚ ਕਾਲਿਆ ਮੈਂ ਲੇਹ ਲਦਾਖ ਵਰਗੇ ਬਾਦਰਾਂ ਦੇ ਉੱਤੇ ਮੈਂ ਦੇਸ਼ ਭਗਤ ਸੇਵਾ ਕੀਤੀ ਹੈ ਮੈਂ ਦੇਸ਼ ਦੇ ਖਿਲਾਫ ਕੰਮ ਕਰੂੰਗਾ ਕੰਮ ਦਾ ਪ੍ਰਸ਼ਾਸਨ ਖੜਾ ਕਿਸੇ ਨੇ ਕੋਈ ਗੱਲ ਕਾਲੀ ਹੋਵੇ ਕੋਈ ਬੰਦਾ ਮੈਨੂੰ ਕਹਿ ਦੇ ਅਸੀਂ ਤੁਹਾਡਾ ਹਰ ਜਗ੍ਹਾ ਦੇ ਸਹਿਯੋਗ ਕੀਤਾ ਫੌਜ ਚ ਐਕਸੀਡੈਂਟ ਹੋ ਗਿਆ ਫਿਰ ਬਣਾ ਕੇ ਘਰੇ ਆ ਗਿਆ ਮੈਂ ਮਹੀਨੇ ਬਾਅਦ ਭਰਤੀ ਹੋ ਗਿਆ ਮੈਂ 12-12 ਘੰਟੇ ਹੋ ਚੌਂਕ ਸੀਟੀਆਂ ਮਾਰੀਆਂ ਬਸ ਉੱਥੋਂ ਰੋਜ਼ਾ ਖੁੱਲਦੇ ਨੇ ਜੇ ਕਿਤੇ ਮੈਂ ਜਵਾਕ ਨੂੰ ਪਾ ਲਿਆ ਇੱਕ ਮਜ਼ਦੂਰ ਦਾ ਜਵਾਕ ਸੀ ਉਹ ਜਿਹੜੇ ਬੰਦੇ ਨੇ ਸ਼ੈਂਦਰ ਤੇ ਦਿਹਾੜੀ ਕੀਤੀ ਮੈਂ ਕੋਈ ਜ਼ਿਆਦਾ ਸਿਖਾਉਣ ਨਹੀਂ ਸੀ ਭਰਾ ਉਹ ਕਰੋ ਪੁੱਠਾ ਮਰਦਾ ਮੱਤਾ ਮਰਦਾ ਮੈਂ ਹਸੀ ਤੋਂ ਪੁੱਛ ਲਓ ਅਸੀਂ ਕੱਥੇ ਮੇਰੇ ਕੋਲ ਪਤੀ ਅਸੀਂ ਬੜੀ ਮਿਹਨਤ ਕਰੀ ਸੀ ਕਿੰਨਾ ਸਾਰਾ ਕਰਦਾ ਪਰ ਮੇਰਾ ਜਵਾਕ ਸਰਕਾਰ ਨੇ ਮਾਰਿਆ ਇਹ ਗੱਲ ਪਰ ਇਹਦੀ ਘਾਟ ਤਾਂ ਮੈਨੂੰ ਲੜਕੂਗੀ ਪਰ ਤੁਹਾਡਾ ਪਿਆਰ ਹੈ ਤੁਹਾਡਾ ਤੁਸੀਂ ਕਮੈਂਟ ਨਾ ਗਲਤ ਲਿਖੇ ਹੋਤੇ ਹੁਣ ਮੇਰੇ ਪੁੱਤ ਨੂੰ ਵਿੱਚ ਵਰਨਾ ਲਿਖਿਓ ਹੋ